निधान गुरु गरीब निवास
ਖੰਡਾਂ ਬ੍ਰਹਿਮੰਡਾਂ ਤੋਂ ਤੇ ਉੱਚਾ ਨਾਉਂ ਤੇਰਾ ਨਿਰੰਕਾਰਾ ਨਿਰੰਕਾਰ ਦਾ ਨਾਮ ਜਿਹੜਾ ਇਹ ਕਰਮਾਂ ਵਾਲੇ ਉਹ ਵਾਹਿਗੁਰੂ ਦਾ ਨਾਮ ਜਿਹੜਾ ਇਹ ਸਭ ਤੋਂ ਉੱਚਾ ਹੈ ਇਹਦੇ ਬਰਾਬਰ ਕੋਈ ਹੋਰ ਨਾਮ ਜਿਹੜਾ ਇਹ ਉਹ ਹੋ ਨਹੀਂ ਸਕਦਾ ਕਿਉਂਕਿ ਇਹ ਆਦ ਸੱਚ ਹੈ ਜੁਗਾਦ ਸੱਚ ਹੈ ਹੈ ਭੀ ਸੱਚ ਹੈ ਨਾਨਕ ਹੋਸੀ ਭੀ ਸੱਚ ਐਡੀ ਵੱਡੀ ਕਿਰਪਾ ਖੰਡਾਂ ਬ੍ਰਹਿਮੰਡਾਂ ਤੋਂ ਤੇ ਉੱਚਾ ਨਾਉ ਤੇਰਾ ਨਿਰੰਕਾਰਾ ਸਭ ਵਲੀਆਂ ਪੀਰਾਂ ਦਾ ਤੇਰੇ ਦਰ ਤੇ ਚੌਂਕੀ ਦਾਰਾ ਜਿੰਨੇ ਵੀ ਆਪਣੇ ਆਪ ਨੂੰ ਸੰਤ ਕਹਾਉਂਦੇ ਨੇ ਵਲੀ ਕਹਾਉਂਦੇ ਨੇ ਪੀਰ ਕਹਾਉਂਦੇ ਨੇ ਭਾਵੇਂ ਕੋਈ ਕਿੱਡਾ ਵੀ ਕਿਉਂ ਨਾ ਹੋਵੇ ਮਹਾਰਾਜ ਨੇ ਬਾਣੀ ਵਿੱਚ ਇਹਨਾਂ ਗੱਲਾਂ ਦੇ ਭੈਣੋ ਨਿਰਣੇ ਕੀਤੇ ਨੇ ਸਤਿਗੁਰੂ ਜੀ ਕਹਿੰਦੇ ਜੇ ਯੁੱਗ ਚਾਰੇ ਆਰ ਜਾਂ ਹੋਰ ਦਸੋਣੀ ਹੋਏ ਵੱਡਿਆਂ ਦੀ ਗੱਲ ਚੱਲੀਏ ਨਾ ਇਹ ਧਰਤੀ ਦੇ ਉੱਤੇ ਰੱਬ ਦੇ ਸਾਜੇ ਹੋਏ ਜੀਵ ਤੇਰੀ ਜਿਹੜੀ ਉਮਰ ਹੈ ਨਾ ਇਹ ਚਾਰ ਯੁੱਗ ਦੀ ਵੀ ਕਿਉਂ ਨਾ ਹੋ ਜਾਵੇ ਬਚਨ ਨੂੰ ਧਿਆਨ ਦੇ ਨਾਲ ਸਰਵਣ ਕਰਿਓ ਇੱਕ ਵਾਰੀ ਸਾਰੀਆਂ ਸੰਗਤਾਂ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਮਹਾਰਾਜ ਕਹਿੰਦੇ ਜੇ ਯੁੱਗ ਚਾਰੇ ਆਰ ਜਾ ਰੱਬ ਦੇ ਸਾਜੇ ਹੋਏ ਬੰਦੇ ਤੇਰੀ ਉਮਰ ਜਿਹੜੀ ਇਹ ਚਾਰ ਯੁੱਗਾਂ ਦੀ ਵੀ ਕਿਉਂ ਨਾ ਹੋ ਜਾਵੇ ਹੋਰ ਦਸੋਣੀ ਹੋਏ ਦਸੂਣੀ ਦੇ ਅਰਥ ਹੁੰਦੇ ਨੇ ਦਸ ਗੁਣਾ ਚਾਰ ਯੁੱਗ ਦੀ ਬਜਾਏ ਤੇਰੀ ਉਮਰ ਜਿਹੜੀ ਇਹ ਚਾਲੀ ਯੁੱਗ ਵੀ ਕਿਉਂ ਨਾ ਹੋ ਜਾਵੇ ਜੇ ਯੁੱਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਏ ਨੌ ਖੰਡ ਬੰਨੇ ਨੇ ਨਾ ਸਿਆਣਿਆਂ ਨੇ ਕਹਿੰਦੇ ਆ ਕੱਲੀ ਧਰਤੀ ਦੀ ਗੱਲ ਨਹੀਂ ਤੇਰੀ ਉਮਰ ਚਾਰ ਯੁੱਗਾਂ ਦੀ ਹੋ ਜਾਵੇ ਚਾਰ ਨੂੰ ਛੱਡ ਕੇ ਚਾਲੀਆਂ ਦੀ ਵੀ ਕਿਉਂ ਨਾ ਹੋ ਜਾਵੇ ਚਾਲੀ ਯੁੱਗ ਵੀ ਉਮਰ ਕਿਉਂ ਨਾ ਹੋ ਜਾਵੇ ਇਹ ਕੱਲੀ ਧਰਤੀ ਦੇ ਉੱਤੇ ਨਹੀਂ ਨੌਵਾਂ ਖੰਡਾਂ ਦੇ ਵਿੱਚ ਤੇਰਾ ਰਾਜ ਹੋ ਜਾਵੇ ਉੱਥੋਂ ਦਾ ਕੁੱਲ ਆਲਮ ਜਿਹੜਾ ਇਹ ਨਾਲ ਚੱਲੇ ਸਭ ਕੋਏ ਸਾਰੀ ਨੌਵਾਂ ਖੰਡਾਂ ਦੀ ਜਿੰਨੀ ਵੀ ਕਾਇਨਾਤ ਹੈ ਉਹ ਤੇਰੇ ਨਾਲ ਕਿਉਂ ਨਾ ਚੱਲ ਪਵੇ ਜੇ ਯੁੱਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਨਾਂ ਰਖਾਏ ਕਿਉਂਕਿ ਤੇਰੇ ਵਿੱਚ ਪਾਵਰੀ ਇੰਨੀ ਹੋਣੀ ਹੈ ਤੂੰ ਆਪਣਾ ਨਾਮ ਵੀ ਚੰਗਾ ਰਖਾ ਲੈ ਜਸ ਕੀਰਤ ਜਗ ਲੇ ਸਾਰੀ ਦੁਨੀਆਂ ਨਵਾਂ ਖੰਡਾਂ ਦੀ ਕਾਇਨਾਤ ਜਿਹੜੀ ਹੈ ਉਹ ਤੇਰਾ ਜਿਹੜਾ ਇਹ ਨਾਮ ਜਪਦੀ ਰਵੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇ ਕਿ ਜੇ ਤੂੰ ਰੱਬ ਦੀਆਂ ਨਜ਼ਰਾਂ ਵਿੱਚ ਪ੍ਰਵਾਨ ਨਹੀਂ ਹੋਇਆ ਤੇ ਤੂੰ ਮਿੱਟੀ ਨਾਲੋਂ ਵੀ ਭੈੜਾ ਏ ਆਖੋ ਸਤਨਾਮ ਕਿੱਡੀ ਵੱਡੀ ਮਹਾਰਾਜ ਕਿਰਪਾ ਕਰਦੇ ਆ ਕਿੰਨਾ ਸਾਨੂੰ ਸਮਝਾਉਣ ਦਾ ਸਤਿਗੁਰਾਂ ਨੇ ਯਤਨ ਕੀਤਾ ਏ ਐਵੇਂ ਕਦੇ ਉਹਦੀ ਸਲਾਹ ਲੈਣ ਭੱਜਦੇ ਹਾਂ ਕਦੇ ਉਹਦੀ ਸਲਾਹ ਲੈਣ ਭੱਜਦੇ ਹਾਂ ਕਦੇ ਕਿਸੇ ਪੰਡਤ ਵੱਲ ਕਦੇ ਕਿਸੇ ਜੋਤਸ਼ੀ ਵੱਲ ਕਦੇ ਕਿਸੇ ਕਬਰਾਂ ਵਾਲੇ ਵੱਲ ਕਦੇ ਕਿਸੇ ਦੇਵੀ ਦੇਵਤੇ ਵਾਲੇ ਵੱਲ ਇਹ ਪ੍ਰਾਣੀ ਤੈਨੂੰ ਕਿਤੇ ਵੀ ਭੱਜਣ ਦੀ ਲੋੜ ਨਹੀਂ ਹਰ ਖਤਰੇ ਤੋਂ ਤੈਨੂੰ ਸੁਚੇਤ ਕੀਤਾ ਹੈ ਤੇਰੇ ਗੁਰੂ ਨੇ ਕੱਲਾ ਸੁਚੇਤ ਹੀ ਨਹੀਂ ਕੀਤਾ ਉਸ ਖਤਰੇ ਦਾ ਮੁਕਾਬਲਾ ਕਰਨ ਦੀ ਤਾਕਤ ਵੀ ਤੈਨੂੰ ਗੁਰੂ ਮਹਾਰਾਜ ਨੇ ਦਿੱਤੀ ਹੈ ਤੇ ਜਦੋਂ ਇਹ ਗੱਲਾਂ ਤੱਕੀਆਂ ਉਸ ਆਤਮਾ ਨੇ ਕਿ ਪ੍ਰਮਾਤਮਾ ਦੀ ਨਜ਼ਰ ਤੋਂ ਬਿਨਾਂ ਤੇ ਮੈਂ ਮਿੱਟੀ ਨਾਲੋਂ ਵੀ ਭੈੜਾ ਮਿੱਟੀ ਵਿੱਚ ਦਾਣਾ ਬੀਜ ਦਈਏ ਤੇ ਕਰਮਾਂ ਵਾਲੀ ਉਹ ਫਸਲ ਬਣ ਜਾਂਦੀ ਹੈ ਮਿੱਟੀ ਵਿੱਚ ਮਿਲ ਕੇ ਦਾਣੇ ਨੂੰ ਜ਼ਿੰਦਗੀ ਮਿਲ ਜਾਂਦੀ ਏ ਇੱਕ ਦਾਣਾ ਬੀਜ ਲਈਏ ਉਹ ਸੌ ਦਾਣਾ ਪੈਦਾ ਕਰ ਜਾਂਦਾ ਏ ਪਰ ਕਰਮਾਂ ਵਾਲੇ ਉਹ ਜਿਹੜੇ ਮਿੱਟੀ ਤੋਂ ਭੈੜੇ ਹੋ ਗਏ ਉਹਨਾਂ ਦਾ ਕੀ ਬਣਨਾ
ਉਸ ਆਤਮਾ ਨੇ ਪਰਮਾਤਮਾ ਦੇ ਨਾਮ ਨੂੰ ਸਮਝਣ ਦਾ ਯਤਨ ਕੀਤਾ, ਖੰਡਾ ਬ੍ਰਹਿਮੰਡਾ ਤੋਂ ਤੇ ਉੱਚਾ ਨਾਉ ਤੇਰਾ ਨਿਰੰਕਾਰਾ, ਸਭ ਬਲੀਆਂ ਪੀਰਾਂ ਦਾ ਤੇਰੇ ਦਰ ਤੇ ਚੌਂਕੀ ਦਾਰਾ। ਪਾ ਭਿਖਿਆ ਲਫ਼ਜ਼ਾਂ ਦੀ ਤੇਰੇ ਦਰ ਤੇ ਖੜੇ ਸਵਾਲੀ, ਕਰ ਮਿਹਰ ਨਮਾਣਿਆ ਤੇ ਹੇ ਸੰਸਾਰ ਜਗਤ ਦੇ ਮਾਲੀ। ਉਹਨੇ ਪਰਮਾਤਮਾ ਨੂੰ ਇੱਥੇ ਜਗਤ ਬਗੀਚਾ ਲਾਉਣ ਵਾਲਾ ਮਾਲੀ ਲਿਖਿਆ, ਬਗੀਚੇ ਨੂੰ ਮਾਲੀ ਲਾਉਂਦਾ। ਅੱਗੇ ਜਾ ਕੇ ਉਹਦੀ ਸੋਚ ਵੇਖੋ ਕਿਹੋ ਜੀ ਆ। ਉਹ ਕਹਿੰਦਾ ਬੁੱਤ ਘਰ ਮਨੁੱਖਤਾ ਦਾ, ਮੇਰੇ ਪਰਮਾਤਮਾ ਮੈਂ ਸ਼ਬਦਾਂ ਦਾ ਭੰਡਾਰ, ਮੈਂ ਆਪਣੀ ਅਕੀਦਤ ਸ਼ਬਦਾਂ ਦੇ ਫੁੱਲ ਜਿਹੜੇ ਨੇ ਉਹ ਤੇਰੇ ਮੁਬਾਰਕ ਚਰਨਾਂ ਦੇ ਵਿੱਚ ਭੇਟ ਕਰਨ ਲੱਗਾ, ਜਿਹੜੇ ਤੂੰ ਮੈਨੂੰ ਬਖਸ਼ਿਸ਼ ਕੀਤੇ ਆ। ਪਾ ਭਿਖਿਆ ਲਫ਼ਜ਼ਾਂ ਦੀ, ਲਫ਼ਜ਼ ਕਹਿੰਦੇ ਨੇ ਅੱਖਰਾਂ ਨੂੰ ਜਿਹੜੇ ਅਸੀਂ ਆ ਲਿਖ ਕੇ ਬੋਲਦੇ ਹਾਂ। ਮੈਂ ਤੇਰੇ ਦਰ ਦੇ ਉੱਤੋਂ ਦਾਤਿਆ ਲਫ਼ਜ਼ਾਂ ਦੀ ਭਿਖਿਆ ਮੰਗਣ ਵਾਸਤੇ ਆਇਆ ਹਾਂ, ਤੂੰ ਬੜਾ ਬੇਅੰਤ, ਤੇਰੀ ਲੀਲਾ ਦਾ ਕੋਈ ਅੰਤ ਨਹੀਂ। ਮਹਾਰਾਜ ਮੇਰੇ ਤੇ ਕਿਰਪਾ ਕਰੋ, ਮੇਰੇ ਤੇ ਦਇਆ ਕਰੋ, ਮੈਨੂੰ ਇੰਨਾ ਕੋ ਗਿਆਨ ਬਖਸ਼ਿਸ਼ ਕਰੋ, ਮੈਂ ਤੇਰੀ ਅਸਾਜੀ ਹੋਈ ਕੈਨਾਤ ਜਿਹੜੀ ਹੈ ਇਹਨਾਂ ਦੇ ਅੰਦਰ ਵੀ ਤੇਰੀ ਕਿਰਪਾ ਨਾਲ ਗਿਆਨ ਦੇ ਦੀਵੇ ਜਗਾ ਸਕਾਂ। ਗੱਜ ਕੇ ਕਹਿ ਦਿਓ ਸਤਨਾਮ ਸ੍ਰੀ ਵਾਹਿਗੁਰੂ। ਫਿਰ ਕਹਿੰਦਾ ਬੁੱਤ ਘਰ ਮਨੁੱਖਤਾ ਦਾ ਤੇ ਮੱਥੇ ਵਿੱਚ ਲਿਖੀ ਤਕਦੀਰ, ਵਾਹਿਗੁਰੂ ਤੂੰ ਕਿੱਦਾਂ ਦੀ ਕਿਰਪਾ ਕਰਦਾ, ਮਿੱਟੀ ਲਈ ਆ, ਮਿੱਟੀ ਨੂੰ ਗੁੰਨਿਆ ਹੈ, ਉਹਦਾ ਤੂੰ ਇਹ ਬੁੱਤ ਬਣਾਇਆ, ਇਹ ਕਿੰਨਾ ਸੁੰਦਰ ਬੁੱਤ ਬਣਾਇਆ ਹੈ। ਤੇ ਬਾਣੀ ਵਿੱਚ ਇਹ ਵੀ ਗੱਲ ਕਹਿ ਗਿਆ ਹੈ, ਇਹ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ। ਤੇ ਇਸੇ ਗੱਲ ਨੂੰ ਆਧਾਰ ਬਣਾ ਕੇ ਕਰਮਾਂ ਵਾਲੇ ਉਹ ਕਵੀ ਨੇ ਇਹ ਗੱਲ ਲਿਖ ਦਿੱਤੀ, ਕਹਿੰਦਾ ਬੁੱਤ ਘੜ ਮਨੁੱਖਤਾ ਦਾ ਮੱਥੇ ਵਿੱਚ ਲਿਖੀ ਤਕਦੀਰ, ਹਿਰਦੇ ਵਿੱਚ ਰਾਮ ਵਸਾ ਤੇ ਸੋਹਣੀ ਘੜ ਦਿੱਤੀ ਤਸਵੀਰ, ਕੋਈ ਆਉਂਦਾ ਅੰਤ ਨਹੀਂ ਜੋ ਤੂੰ ਰਚਨਾ ਰਾਮ ਬਣਾ ਲਈ, ਕਰ ਮਿਹਰ ਨਮਾਣਿਆ ਤੇ ਹੇ ਸੰਸਾਰ ਬਾਗ ਦੇ ਮਾਲੀ। ਸਤਿਗੁਰੂ ਜੀ ਆਪਣੇ ਤੇ ਮਿਹਰ ਕਰ ਰਹੇ, ਆਪਣੇ ਤੇ ਕਿਰਪਾ ਕਰ ਰਹੇ ਆ। ਅਰਦਾਸ ਕਰਿਆ ਕਰੋ ਆਉਣ ਵਾਲੇ ਦਿਨਾਂ ਦੇ ਵਿੱਚ ਕਰਮਾਂ ਵਾਲੇ, ਔਰ ਜਿੰਨਾ ਵੀ ਆਪਾਂ ਬੋਲਣਾ ਇਹਨਾਂ ਸਾਰਾ ਅਰਦਾਸ ਦੇ ਉੱਤੇ ਬੋਲਣਾ। ਇਹ ਚਾਰ ਅੱਖਰਾਂ ਦਾ ਸੁਮੇਲ ਹੈ, ਐੜਾ ਜਿਹੜਾ ਹੈ ਨਾ ਐੜਾ, ਅੱਜ ਆਪਾਂ ਸ਼ੁਰੂਆਤ ਕਰ ਰਹੇ ਹਾਂ। ਲਓ ਹੁਣ ਅਰਦਾਸ ਦੇ ਚਾਰ ਅੱਖਰ ਜਿਹੜੇ ਨੇ ਉਹ ਆਪਾਂ ਨੂੰ ਕੀ ਗਿਆਨ ਦਿੰਦੇ ਨੇ, ਉਹਨਾਂ ਚਾਰ ਅੱਖਰਾਂ ਤੋਂ ਭਾਵ ਕੀ ਹੈ, ਅੱਜ ਆਪਾਂ ਸ਼ੁਰੂਆਤ ਕਰਨ ਲੱਗੇ ਹਾਂ। ਸ਼ੁਰੂਆਤ ਬਾਜਾਂ ਵਾਲੇ ਦਾ ਜੁਝਾਰੂ ਜੀਵਨ ਜਿਹੜਾ ਆਰੰਭ ਹੋ ਚੁੱਕਾ ਹੈ। ਅੱਜ ਬੜੀ ਇੱਕ ਕਮਾਲ ਦੀ ਗੱਲ, ਮੈਨੂੰ ਖੁਸ਼ੀ ਆ, ਪਹਿਲਾਂ ਤੇ ਕਰਮਾਂ ਵਾਲੇ ਉਹ ਤੁਹਾਨੂੰ ਢਾਡੀ ਕਲਾ ਦਾ ਬੈਂਤ ਇੱਕ ਵੱਖਰੇ ਢੰਗ ਦੇ ਨਾਲ ਸੁਣਾਵਾਂ, ਤੇ ਦੂਜਾ ਕਹਾਂਗੇ ਰਾਜਾ ਰਸਾਲੂ ਮੇਰੇ ਵੀਰ ਅਰਨਜੀਤ ਸਿੰਘ ਸਾਹਿਬ ਜੀ ਇਹਨਾਂ ਵੱਲੋਂ ਹੁਕਮ ਸੀ, ਕਿਉਂਕਿ ਰਸਾਲੂ ਨੂੰ ਜਿੱਦਣ ਅਸੀਂ ਗਾਇਆ ਇਹਨਾਂ ਨੇ ਸਰਵਣ ਕੀਤਾ, ਕਹਿੰਦੇ ਬੜਾ ਆਨੰਦ ਆਇਆ ਹੈ ਭਾਈ ਸਾਹਿਬ ਜੀ ਹੁਣਾਂ ਦਾ ਹੁਕਮ ਸਿਰ ਮੱਥੇ, ਔਰ ਉਹਦੇ ਵਿੱਚ ਕੁਝ ਤੁਹਾਨੂੰ ਵਨਗੀਆਂ ਵੀ ਸੁਣਾਵਾਂਗੇ। ਅੱਜ ਮੈਂ ਜ਼ਿਆਦਾ ਲੈਕਚਰ ਨਹੀਂ ਕਰਾਂਗਾ ਸਤ ਸੰਗਤ ਜੀ, ਬੈਂਤ ਤੇ ਰਸਾਲੂ। ਪਰ ਗੱਲ ਜਿਹੜੀ ਹੈ ਕਰਮਾਂ ਵਾਲੇ, ਉਹ ਆਪਾਂ ਅੱਜ ਅਰਦਾਸ ਦੀ ਆਰੰਭ ਕਰਨ ਲੱਗੇ ਹਾਂ, ਤੇ ਰੋਜ਼ ਹੀ ਅਰਦਾਸ ਦੇ ਸੰਬੰਧ ਵਿੱਚ ਸਤਿਗੁਰੂ ਜੀ ਸਾਡਾ ਨਿਮਾਣਿਆਂ ਦਾ ਇਹ ਤਰਲਾ ਜਿਹੜਾ ਇਹ ਆਪਣੇ ਚਰਨਾਂ ਵਿੱਚ ਪ੍ਰਵਾਨ ਕਰਨ, ਤੁਹਾਨੂੰ ਇੱਕ ਬਚਨ ਸੁਣਾਇਆ ਕਰਾਂ। ਐੜਾ ਜਿਹੜਾ ਇਹ ਨਾ ਕਰਮਾਂ ਵਾਲਿਓ, ਜਦੋਂ ਆਪਾਂ ਅਰਦਾਸ ਦੀ ਗੱਲ ਕਰਦੇ ਹਾਂ ਹੱਥ ਜੁੜ ਜਾਂਦੇ ਨੇ, ਸਭ ਤੋਂ ਪਹਿਲਾਂ ਐੜਾ ਅੱਖਰ ਆਉਂਦਾ ਹੈ, ਤੇ ਐੜਾ ਇੱਕ ਬੜਾ ਵੱਡਾ ਗਿਆਨ ਦਿੰਦਾ ਹੈ। ਕਹਿੰਦਾ ਹੱਥ ਜੋੜਨ ਵਾਲਿਆ ਜਿਹਦੇ ਚਰਨਾਂ ਵਿੱਚ ਤੂੰ ਅਰਦਾਸ ਕਰਨ ਲੱਗਾ, ਇਹਦਾ ਮੈਂ ਪਹਿਲਾ ਅੱਖਰ ਹਾਂ ਐੜਾ, ਤੇ ਮੇਰੇ ਤੋਂ ਭਾਵ ਇਹ ਕਿ ਤੇਰਾ ਗੁਰੂ ਜਿਹੜਾ ਹੈ ਉਹ ਅੰਤਰਜਾਮੀ ਹੈ, ਐੜਾ ਅੰਤਰਜਾਮੀ। ਗੱਜ ਕੇ ਆਖੋ ਸਤਨਾਮ, ਗੁਰੂ ਜਿਹੜਾ ਹੈ ਅੰਦਰ ਦੀਆਂ ਜਾਣਨ ਵਾਲਾ। ਐੜੇ ਤੋਂ ਬਾਅਦ ਆਉਂਦਾ ਹੈ ਕਰਮਾਂ ਵਾਲਿਓ ਰਾਰਾ, ਤੇ ਰਾਰਾ ਜਿਹੜਾ ਐਰੇ ਦੇ ਪਿੱਛੇ ਲੱਗਿਆ ਹੋਇਆ ਕਹਿੰਦਾ ਉਹ ਭਾਈ ਸੁਣ, ਜੇ ਐੜੇ ਨੇ ਤੈਨੂੰ ਇਹ ਗੱਲ ਕਹੀ ਹੈ ਕਿ ਤੇਰਾ ਗੁਰੂ ਅੰਤਰ ਜਾਣੀ ਏ, ਅੰਦਰ ਦੀ ਜਾਣਨ ਵਾਲਾ ਏ, ਜਿਹੜੀ ਤੂੰ ਭਾਵਨਾ ਲੈ ਕੇ ਆਇਆ ਨਾ ਜਦੋਂ ਘਰ ਤੋਂ ਗੁਰੂ ਚਰਨਾਂ ਨੂੰ ਤੁਰਿਆ ਏ, ਗੁਰੂ ਨੇ ਉਦੋਂ ਹੀ ਸੁਣ ਲਈ ਸੀ। ਐੜਾ ਕਹਿੰਦਾ ਗੁਰੂ ਅੰਤਰ ਜਾਣੀ ਆ ਤੇ ਮੈਂ ਹਾਂ ਭਾਈ ਰਾਰਾ,
ਰਾਰਾ ਕਹਿੰਦਾ ਏ ਜੇ ਗੁਰੂ ਅੰਤਰ ਜਾਮੀ ਏ ਤੇ ਉਹ ਗੁਰੂ ਕਰਮਾ ਵਾਲਿਓ ਰਖਵਾਲਾ ਵੀ ਏ ਰੱਖਿਆ ਵੀ ਕਰਨ ਵਾਲਾ ਜਿੱਥੇ ਸਾਡੀ ਪਹੁੰਚ ਨਹੀਂ ਨਾ ਪਹੁੰਚਦੀ ਗੁਰੂ ਉੱਥੇ ਵੀ ਪਹੁੰਚ ਜਾਂਦਾ ਹੈ ਮੱਖਣ ਸ਼ਾਹ ਦੇ ਡੁੱਬਦੇ ਵੇਲੇ ਵੀ ਮੋਢਾ ਲਾ ਦਿੱਤਾ ਸੀ ਤੇ ਨੌਵੇਂ ਨਾਨਕ ਨੇ ਗੱਜ ਕੇ ਆਖੋ ਸਤਨਾਮ ਪੈਜ ਰੱਖਦਾ ਸਦਾ ਪਿਆਰਿਆਂ ਦੀ ਅੱਜ ਵਾਹਿਗੁਰੂ ਨੇ ਕਿਰਪਾ ਕੀਤੀ ਮੈਂ ਕਿਹਾ ਵੀ ਅਰਦਾਸ ਤੋਂ ਬਚਨ ਆਰੰਭ ਕਰਨ ਲੱਗੇ ਆ ਤੇ ਚਾਰ ਅੱਖਰ ਸਾਨੂੰ ਗਿਆਨ ਕੀ ਦਿੰਦੇ ਆ ਇਹ ਵੀ ਗੁਰੂ ਚਰਨਾਂ ਵਿੱਚ ਆਣ ਕੇ ਤਰਲਾ ਕੀਤਾ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਚੌ ਅੱਖਰਾਂ ਦਾ ਗੁਰੂ ਕੀ ਸੰਗਤ ਗਿਆਨ ਬਖਸ਼ਿਸ਼ ਕਰ ਦਿੰਦਾ ਐੜਾ ਕਹਿੰਦਾ ਏ ਤੇਰਾ ਗੁਰੂ ਅੰਤਰ ਜਾਮੀ ਏ ਰਾਰਾ ਕਹਿੰਦਾ ਏ ਤੇਰਾ ਗੁਰੂ ਰਖਵਾਲਾ ਏ ਰੱਖਿਆ ਕਰਨ ਵਾਲਾ ਏ ਤੇ ਨੰਬਰ ਤਿੰਨ ਉੱਤੇ ਆ ਗਿਆ ਦੱਦਾ ਦੱਦਾ ਇੰਨਾ ਖੁਸ਼ ਕਹਿੰਦਾ ਜੇ ਗੁਰੂ ਅੰਤਰ ਜਾਮੀ ਏ ਐੜੇ ਤੋਂ ਭਾਵ ਤੇ ਜੇ ਗੁਰੂ ਰਖਵਾਲਾ ਏ ਰਾਰੇ ਤੋਂ ਭਾਵ ਤੇ ਭਾਈ ਤੀਜੇ ਨੰਬਰ ਤੇ ਮੈਂ ਦੱਦਾ ਖਲੋਤਾ ਹਾਂ ਦੱਦਾ ਦੱਦੇ ਨੇ ਬੜੇ ਪਿਆਰ ਵਿੱਚ ਆਣ ਕੇ ਮੌਜ ਵਿੱਚ ਆਣ ਕੇ ਹੱਸ ਕੇ ਆਖਿਆ ਅਰਦਾਸ ਕਰਨ ਵਾਲਿਆ ਤੇਰਾ ਗੁਰੂ ਦੱਦਾ ਦਾਦਾ ਵੀ ਹੈ ਗੱਜ ਕੇ ਆਖੋ ਸਤਨਾਮ ਤੂੰ ਮੰਗਦੇ ਸਹੀ ਗੁਰੂ ਦੇ ਕੋਲੋਂ ਦੁਨੀਆਂ ਦਾ ਕੋਈ ਪ੍ਰਾਣੀ ਕਰਮਾਂ ਵਾਲੇ ਉਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲੋਂ ਦਾਤ ਮੰਗੇ ਕਵੇ ਮੈਨੂੰ ਮਿਲੀ ਨਹੀਂ ਉਹ ਬੰਦਾ ਗਲਤ ਹੋ ਸਕਦਾ ਹੈ ਗੁਰੂ ਗਲਤ ਨਹੀਂ ਹੋ ਸਕਦਾ ਬੰਦਿਆ ਤੈਨੂੰ ਮੰਗਣ ਦਾ ਤਰੀਕਾ ਹੀ ਨਹੀਂ ਆਇਆ ਤੇ ਜਦੋਂ ਫਿਰ ਦੱਦੇ ਨੇ ਇਹ ਗੱਲ ਕਹੀ ਨਾ ਕਿ ਜਿਹਦੇ ਚਰਨਾਂ ਵਿੱਚ ਤੂੰ ਅਰਦਾਸ ਕਰਨ ਆਇਆ ਏ ਮਹਾਰਾਜ ਸੱਚੇ ਪਾਤਸ਼ਾਹ ਨੂੰ ਧਿਆ ਕੇ ਮੈਂ ਦੱਦਾ ਕਹਿੰਦਾ ਹਾਂ ਕਿ ਦੱਦਾ ਦਾਤਾ ਵੀ ਹੈ ਗੁਰੂ ਦਾਤਾ ਵੀ ਦੇਣ ਵਾਲਾ ਮੰਗੀ ਜਾਓ ਜੋ ਮਰਜ਼ੀ ਮੰਗੀ ਜਾਓ ਮਗਰ ਖੜੋ ਗਿਆ ਭੈਣੋ ਸੱਸਾ ਸੱਸਾ ਕਹਿੰਦਾ ਬੰਦਿਆ ਜਿਹੜੇ ਗੁਰੂ ਦੇ ਤੂੰ ਚਰਨਾਂ ਵਿੱਚ ਆਇਆ ਹੈ ਨਾ ਹੁਣ ਹੋਰ ਕਿਤੇ ਨਾ ਜਾਵੀ ਡੋਲੀ ਨਾ ਥਿੜਕੀ ਨਾ ਘਬਰਾਵੀ ਨਾ ਚਿੰਤਾ ਨਾ ਕਰੀ ਚਿੰਤਾ ਛੱਡ ਅਚਿੰਤ ਰਹੋ ਬੰਦੇ ਨੇ ਸੱਸੇ ਨੂੰ ਆਖਿਆ ਵੀ ਕਿਹੜੀ ਗੱਲ ਤੂੰ ਕਿਹੜੇ ਭਰੋਸੇ ਤੇ ਇਹ ਗੱਲ ਕਹਿੰਦਾ ਕਹਿੰਦਾ ਮੈਂ ਹਾਂ ਸੱਸਾ ਤੇ ਸੱਸੇ ਤੋਂ ਭਾਵ ਜਿਹਦੇ ਗੁਰੂ ਦੇ ਤੂੰ ਚਰਨਾਂ ਵਿੱਚ ਆਇਆ ਏ ਨਾ ਉਹ ਗੁਰੂ ਸਹਾਰਾ ਵੀ ਏ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਆ ਹੁਣ ਸਹਾਰੇ ਦੀ ਗੱਲ ਆਰੰਭ ਹੋਣ ਲੱਗੀ ਏ ਇਤਿਹਾਸ ਜਿਹੜਾ ਏ ਨਾ ਉਹ ਸਹਾਰੇ ਦਾ ਆਰੰਭ ਹੋਣ ਲੱਗਾ ਏ ਗੁਰੂ ਕਿਹਨਾਂ ਦਾ ਸਹਾਰਾ ਬਣਿਆ ਤੇ ਕਿੱਦਾਂ ਬਣਿਆ ਲਓ ਜੀ ਦੋ ਚੀਜ਼ਾਂ ਕਹਿਣੀਆਂ ਨੇ ਪਹਿਲਾਂ ਬੈਂਤ ਸੁਣ ਲਓ ਮੈਂ ਇਤਿਹਾਸ ਦਾ ਵੀ ਅੱਜ ਮੁੱਢ ਬੰਨਣਾ ਏ ਕਲਗੀਧਰ ਪ੍ਰੀਤਮ ਪਾਤਸ਼ਾਹ ਦੇ ਜੁਝਾਰੂ ਜੀਵਨ ਦਾ ਇੱਕ ਵਾਰੀ ਮੈਂ ਫਿਰ ਕਹਿ ਰਿਹਾ ਐੜਾ ਅੰਤਰਜਾਮੀ ਰਾਰਾ ਰਖਵਾਲਾ ਦੱਦਾ ਦਾਤਾ ਤੇ ਸੱਸਾ ਸਹਾਰਾ ਡਿਟੇਲ ਦੇ ਨਾਲ ਤੁਸਾਂ ਨੇ ਸੁਣ ਲਿਆ ਤੇ ਹੁਣ ਮੇਰਾ ਖਿਆਲ ਹੈ ਕਰਮਾਂ ਵਾਲੇ ਉਹ ਸਾਡਾ ਵਿਸ਼ਵਾਸ ਇੰਨਾ ਕੁ ਬਣ ਜਾਈ ਜਾਣਾ ਚਾਹੀਦਾ ਕਿ ਜ਼ਿੰਦਗੀ ਵਿੱਚ ਕਦੇ ਅਸੀਂ ਡੁੱਲ ਗਏ ਹੀ ਨਾ ਸੱਸੇ ਦੀ ਓਟ ਲੈ ਕੇ ਗੁਰੂ ਚਰਨਾਂ ਵਿੱਚ ਆਈਏ ਸੱਸਿਆ ਜਿਹੜੇ ਗੁਰੂ ਨੇ ਸਹਾਰਾ ਦਿੱਤਾ ਹੈ ਨਾ ਉਸ ਗੁਰੂ ਦੇ ਚਰਨਾਂ ਵਿੱਚ ਮੈਨੂੰ ਲੈ ਜਾ ਗੁਰੂ ਸਹਾਰਾ ਬਣਦਾ ਉਹ ਕਲਗੀਆਂ ਵਾਲਾ ਅੱਜ ਭਾਰਤ ਦਾ ਸਹਾਰਾ ਬਣਨ ਲੱਗਾ ਏ ਕਰਮਾਂ ਵਾਲੇ ਉਹ ਸਹਾਰਾ ਜਦੋਂ ਔਰੰਗਜ਼ੇਬ ਨੇ ਕਿਹਾ ਨਾ ਮੰਦਰ ਢਾ ਕੇ ਮਸੀਤਾਂ ਸਾੜ ਦਿਓ ਰਾਜ ਦੇ ਉੱਤੇ ਪਾਬੰਦੀ ਲਾ ਦਿਓ ਕੋਈ ਮੰਦਰ ਵਿੱਚ ਹਿੰਦੂ ਟੱਲ ਨਾ ਖੜਕਾਵੇ ਕੋਈ ਆਰਤੀ ਕੀਰਤਨ ਨਾ ਕਰੇ ਤੇ ਕਲਗੀ ਵਾਲਾ ਗੁਰੂ ਕਹਿੰਦਾ
ਔਰੰਗਜ਼ੇਬ ਦੇ ਕੋਮਲ ਕੰਨ ਢੋਲਕੀ ਦੀ ਆਵਾਜ਼ ਨੂੰ ਨਹੀਂ ਸਹਾਰ ਸਕਦੇ, ਮੇਰਾ ਅਕਾਲ ਪੁਰਖ ਕਹਿੰਦਾ ਇਹ ਨਗਾਰੇ ਮੜ ਦਿਓ। ਜਦੋਂ ਲੱਗਣ ਨਗਾਰਿਆਂ ਉੱਤੇ ਚੋਟਾਂ ਬ੍ਰਹਿਮੰਡ ਗੂੰਜ ਉੱਠੇ, ਕਲਗੀ ਭਰ ਰਣਜੀਤ ਤੇ ਚੋਟਾਂ ਦਿੱਤੀਆਂ ਲਾ, ਉੱਥੇ ਸੂਰਮਿਆਂ ਨੂੰ ਚੜ ਗਏ ਮਣ ਮਣ ਪੱਕੇ ਚਾ, ਉੱਥੇ ਪੁੱਛਦੇ ਫਿਰਦੇ ਮੌਤ ਦਾ ਕਈ ਵਣਜਾਰੇ ਭਾ। ਮਨਜਾਰਾ ਜਿਹੜਾ ਹੈ ਉਹ ਵਣਜ ਕਰਦਾ ਹੈ, ਵਪਾਰ ਕਰਦਾ ਹੈ। ਹੁਣ ਬੰਗਾ ਚੂੜੀਆਂ ਦਾ ਭਾਅ ਨਹੀਂ ਆਨੰਦਪੁਰ ਸਾਹਿਬ ਦੇ ਵਿੱਚ ਪੁੱਛਿਆ ਜਾਂਦਾ। ਜਦੋਂ ਨਕਾਰਿਆਂ ਤੇ ਚੋਟਾਂ ਲੱਗੀਆਂ ਤੇ ਜਿਹੜੇ ਆਸ਼ਕ ਸੀ ਝਾੜੇ ਵਰਗੇ ਨੌਜਵਾਨੋ, ਉਹ ਮੌਤ ਦਾ ਭਾਅ ਪੁੱਛਣ ਲੱਗ ਪਏ ਵੀ ਮੌਤ ਦਾ ਮੁੱਲ ਕੀ ਹੈ, ਮੌਤ ਵਿਆਹਣੀ। ਜਦੋਂ ਖੜਕਿਆ ਨਗਾਰਾ ਤੇ ਰਿਆਸਤ ਕਹਿਲੂ ਰਾਜੇ ਭੀਮ ਚੰਦ ਦੀਆਂ ਕੰਧਾਂ ਹਿੱਲ ਗਈਆਂ ਕੰਧਾਂ। ਇਹ ਬਾਹੀਆਂ ਧਾਰਾਂ ਦਾ ਸਰਦਾਰ ਰਾਜਾ ਸੀ, ਬੜਾ ਚਾਤਰ ਬੁੱਧੀ, ਔਰੰਗਜ਼ੇਬ ਦਾ ਵੱਡਾ ਚਮਚਾ ਸੀ। ਇਹਦਿਆਂ ਕੰਨਾਂ ਵਿੱਚ ਨਗਾਰੇ ਦੀ ਆਵਾਜ਼ ਖੜਕੀ, ਹੈਰਾਨ ਰਹਿ ਗਿਆ। ਉਸੇ ਵੇਲੇ ਨੇ ਆਪਣਾ ਦਰਬਾਰ ਲਾਇਆ, ਕਚਹਿਰੀ ਲਾਈ ਤੇ ਵਜ਼ੀਰ ਮੰਡਲੀ ਇਕੱਠੀ ਕਰ ਲਈ, ਸਿਪਾ ਸਲਾਰ ਇਕੱਠੇ ਕਰ ਲਿਆ। ਕਹਿੰਦਾ ਕਮਾਲ ਦੀ ਗੱਲ ਹੋ ਗਈ, ਕੌਣ ਹੈ ਜਿਹੜਾ ਬਾਈ ਧਾਰਾਂ ਦੇ ਸਰਦਾਰ ਰਾਜੇ ਕਹਿਲੂਰ ਦੇ ਰਾਜੇ ਭੀਮ ਚੰਦ ਦੀ ਰਿਆਸਤ ਵਿੱਚ ਭੀਮ ਚੰਦ ਦੀ ਬਗੈਰ ਤੋਂ ਆਗਿਆ ਤੋਂ ਬਿਨਾਂ ਤੋਂ ਨਗਾਰੇ ਵਜਾਉਂਦਾ ਹੈ? ਕਿਹਨੂੰ ਜਮ ਰਾਜ ਘੇਰ ਕੇ ਮੇਰੀ ਤਲਵਾਰ ਦੇ ਥੱਲੇ ਲਿਆ ਰਿਹਾ ਹੈ? ਆਪਣਿਆਂ ਵਜ਼ੀਰਾਂ ਵੱਲ ਕੱਢ ਕੇ ਅੱਖਾਂ ਲਾਲ ਪਾ ਕੇ ਮੱਥੇ ਦੇ ਉੱਤੇ ਤਿਉੜੀ ਅੱਗ ਬਬੂਲਾ ਹੋਇਆ ਰਾਜਾ ਭੀਮ ਚੰਦ। ਕਹਿੰਦਾ ਮੇਰੀਆਂ ਜੰਗਲਾਂ ਵਿੱਚ ਮੇਰੀ ਰਿਆਸਤ ਵਿੱਚ ਨਗਾਰਾ ਕਿਹਨੇ ਵਜਾਇਆ? ਇਹ ਨਗਾਰਾ ਖਤਰੇ ਦੀ ਨਿਸ਼ਾਨੀ ਹੁੰਦੀ ਸੀ ਤੇ ਕਲਗੀਆਂ ਵਾਲੇ ਦਾ ਨਗਾਰਾ। ਇੱਕ ਵਾਰੀ ਨਿਹੰਗ ਸਿੰਘ ਨਗਾਰੇ ਤੇ ਚੋਟਾਂ ਲਾਉਂਦੇ ਔਰੰਗਜ਼ੇਬ ਦੇ ਦਿੱਲੀ ਤੱਕ ਗੁਰੂ ਕੀ ਸੰਗਤ ਖੋਂਜਾਂ ਪੈ ਜਾਂਦੀਆਂ ਸੀ। ਭੀਮ ਚੰਦ ਦਾ ਇੱਕ ਵਜ਼ੀਰ ਬੜਾ ਸਿਆਣਾ ਸੀ, ਜਿੱਥੋਂ ਖਾਲਸਾ ਜੀ ਜੰਗਾਂ ਜੁੱਧਾਂ ਦਾ ਮੁੱਢ ਵੱਜਦਾ ਹੈ ਨਾ। ਲਓ ਹੁਣ ਉਹ ਗੱਲ ਆਰੰਭ ਹੋਣ ਲੱਗੀ। ਇਹ ਸਾਰਿਆਂ ਵਜ਼ੀਰਾਂ ਨੇ ਨੀਵੀਆਂ ਪਾ ਲਈਆਂ ਕਿਉਂਕਿ ਇਹਨਾਂ ਨੂੰ ਇਸ ਖੜਕ ਦੇ ਨਗਾਰੇ ਦੇ ਬਾਰੇ ਗਿਆਨ ਹੀ ਕੋਈ ਨਹੀਂ ਸੀ। ਤੇ ਦਰਅਸਲ ਰਾਜਾ ਕਾਮਯਾਬ ਉਹ ਹੁੰਦਾ ਹੈ ਜਿਹਦੇ ਵਜ਼ੀਰ ਸਿਆਣੇ ਹੋਣ, ਹਰ ਗੱਲ ਦੀ CID ਰੱਖਣ, ਹਰ ਗੱਲ ਤੋਂ ਰਾਜੇ ਨੂੰ ਸੁਚੇਤ ਕਰਕੇ ਰੱਖਣ। ਸਾਰਿਆਂ ਵਜ਼ੀਰਾਂ ਨੇ ਨੀਵੀਆਂ ਪਾ ਲਈਆਂ, ਕਹਿੰਦੇ ਸਾਨੂੰ ਨਹੀਂ ਪਤਾ ਇਹ ਕੌਣ ਨਗਾਰੇ ਵਜਾਉਂਦਾ ਹੈ। ਜਦੋਂ ਭੀਮ ਚੰਦ ਦੇ ਰਾਜ ਨਗਾਰਾ ਖੜਕਿਆ, ਉਹਦੇ ਸੀਨੇ ਲੱਗੀ ਚੋਟ, ਕਲੇਜਾ ਧੜਕਿਆ, ਕਹਿੰਦਾ ਓਏ ਅੱਜ ਤੱਕ ਮੇਰੀ ਜੂਹ ਵਿੱਚ ਕੋਈ ਚਿਰਾ ਨਹੀਂ ਫੜ ਗਿਆ, ਇਹ ਕੌਣ ਕੋਈ ਰਣਵੀਰ ਨਵਾਂ ਹੀ ਤੜਕਿਆ? ਮੇਰੇ ਉਹ ਵਜ਼ੀਰੋ ਮੈਨੂੰ ਦੱਸੋ। ਵਜ਼ੀਰਾਂ ਨੇ ਨੀਵੀਆਂ ਪਾ ਲਈਆਂ। ਇੱਕ ਵਜ਼ੀਰ ਉੱਠਿਆ, ਉਹਦੀ ਮਾਂ ਭੈਣੋ ਬੜੀ ਸਿਆਣੀ ਸੀ, ਨੌਜਵਾਨ ਵਜ਼ੀਰ ਹੈ। ਮਾਂ ਕਲਗੀ ਧਰ ਦੀ ਪ੍ਰੇਮਣ ਸੀ, ਆਉਂਦੀ ਸੀ ਗੁਰੂ ਪਿਤਾ ਦੇ ਚਰਨਾਂ ਵਿੱਚ ਦਰਸ਼ਨ ਕਰਕੇ ਜਾਂਦੀ, ਹਿਰਦਾ ਗੜ ਗੜ ਹੋ ਜਾਂਦਾ, ਠੰਡ ਪੈਂਦੀ। ਉਹਨੇ ਆਪਣੇ ਪੁੱਤਰ ਨੂੰ ਬੜਾ ਸਿੱਖਿਆ ਦਿੱਤੀ, ਪੁੱਤਰ ਇੱਕ ਵਾਰ ਤੂੰ ਕਲਗੀ ਵਾਲੇ ਪਾਤਸ਼ਾਹ ਦੇ ਦਰਸ਼ਨ ਕਰ। ਮਾਂ ਦੇ ਆਖੇ ਲੱਗ ਕੇ ਰਾਜੇ ਭੀਮ ਜਾਂਦਾ ਇਹ ਨੌਜਵਾਨ ਵਜ਼ੀਰ ਜਿਹੜਾ ਹੈ ਨਾ, ਮਹਾਰਾਜ ਦੇ ਦਰਸ਼ਨ ਕਰ ਗਿਆ ਸੀ। ਦਰਸ਼ਨ ਦੇਵੀ ਚੰਦੇ ਦਾ ਨਾਮ ਇਤਿਹਾਸ ਦੇ ਵਿੱਚ ਲਿਖਿਆ ਹੈ। ਗੱਲ ਧਿਆਨ ਦੇ ਨਾਲ ਖਾਲਸਾ ਜੀ ਸਰਵਣ ਕਰਨੀ, ਇਹਨੇ ਪਾਇਆ ਗਲ ਵਿੱਚ ਪੱਲਾ, ਆਪਣੀ ਕੁਰਸੀ ਤੋਂ ਉੱਠ ਕੇ ਭੀਮ ਚੰਦ ਦੇ ਦਰਬਾਰ ਦੇ ਵਿੱਚ ਖੜਾ ਹੋ ਗਿਆ। ਕਹਿਣ ਲੱਗਾ ਰਾਜਾ ਸਭ ਘਬਰਾਉਣ ਦੀ ਲੋੜ ਨਹੀਂ, ਇਹ ਕੋਈ ਮੁਕਾਬਲੇ ਦਾ ਰਾਜਾ ਨਹੀਂ। ਕਹਿੰਦਾ ਉਹ ਕਮਾਲ ਦੀ ਗੱਲ ਹੋ ਗਈ, ਐਡੀ ਗੂੰਜ ਪੈਂਦੀ ਹੈ ਨਗਾਰੇ ਦੀ ਤੇ ਤੂੰ ਕਹਿੰਦਾ ਇਹ ਕੋਈ ਮੁਕਾਬਲੇ ਦਾ ਰਾਜਾ ਨਹੀਂ, ਇਹਦੇ ਤੋਂ ਆਪਾਂ ਨੂੰ ਕੋਈ ਖਤਰਾ ਨਹੀਂ? ਆਖਰ ਹੈ ਕੌਣ ਇੱਕ ਲੱਗੇ ਹੋਏ ਕਹਿਲੂਰ ਰਾਜੇ ਭੀਮ ਚੰਦ ਦੇ ਦਰਬਾਰ ਵਿੱਚ ਉਹ ਨੌਜਵਾਨ ਵਜ਼ੀਰ? ਮੇਰੇ ਕਲਗੀ ਵਾਲੇ ਗੁਰੂ ਦੀ ਸਿਫਤ ਜਿਵੇਂ ਆਪਣੇ ਵਜ਼ੀਰ ਨੂੰ ਮੌਜ ਵਿੱਚ ਆ ਕੇ ਦੱਸ ਰਿਹਾ, ਉਹਨਾਂ ਲਾਈਨਾਂ ਨੂੰ ਢਾਡੀ ਜਥਾ ਬੈਂਡ ਵਿੱਚ ਹੇ ਐਂ ਬੇਨਤੀ ਕਰ ਰਿਹਾ। Thank you.
ਸੜਕ ਦੇ ਸਾਹਮਣੇ ਚੁੱਕਣ ਵੈਰੀ ਪਰਬਤ ਦਾ ਰਾਣਾ ਅਕਲ ਤੋਂ ਹੀਣਾ ਰਾਜਾ ਆਪਣੇ ਵਜ਼ੀਰਾਂ ਨੂੰ ਦਬ ਕੇ ਮਾਰੀ ਜਾਂਦਾ ਹੈ। ਕਹਿੰਦਾ ਉਹ ਦੱਸਦੇ ਨੀ ਕੌਣ ਨਗਾਰੇ ਖੜਕਾਉਂਦਾ। ਤੇ ਨੌਜਵਾਨ ਮੁੰਡਾ ਉੱਠਿਆ, ਹੱਥ ਜੋੜ ਕੇ ਕਹਿੰਦਾ ਵਜ਼ੀਰ ਸਾਹਿਬ ਘਬਰਾਓ ਨਾ, ਇਹ ਕੋਈ ਮੁਕਾਬਲੇ ਦਾ ਰਾਜਾ ਨਹੀਂ, ਇਹ ਕੋਈ ਦਿੱਲੀ ਤੋਂ ਚੜ ਕੇ ਆਇਆ ਹੋਇਆ ਫੌਜਦਾਰ ਨਹੀਂ, ਇਹਨਾਂ ਨੂੰ ਆਪਾਂ ਨੂੰ ਕੋਈ ਖਤਰਾ ਨਹੀਂ। ਇਹ ਗੁਰੂ ਨਾਨਕ ਦਾ ਦਸਵਾਂ ਨੂਰ, ਗੁਰੂ ਤੇਗ ਬਹਾਦਰ ਮਾਂ ਗੁਜਰੀ ਦਾ ਫਰਜੰਦ, ਕਲਗੀਆਂ ਵਾਲਾ, ਬਾਜਾਂ ਵਾਲਾ ਗੁਰੂ, ਤਾਜਾਂ ਵਾਲਾ ਗੁਰੂ, ਜਵਾਨੀ ਦੀ ਉਮਰ ਏ। ਤੇ ਮਹਾਰਾਜ ਉਹਨਾਂ ਦੇ ਪਿਤਾ ਨੇ ਤੁਹਾਡੇ ਕੋਲੋਂ ਤੇ 5000 ਸੋਨੇ ਦੀਆਂ ਮੋਹਰਾਂ ਦੇ ਕੇ ਇਹ ਮਾਖੋਵਾਲ ਦਾ ਥੇ ਖਰੀਦਿਆ ਸੀ, ਜੱਦੀ ਜ਼ਮੀਨ ਹੈ, ਉਹਨਾਂ ਨੇ ਆਪਣੇ ਪੁੱਤਰ ਨੂੰ ਇਹ ਪੂਰੀ ਵਸਾ ਕੇ ਦਿੱਤੀ ਆ। ਪੂਰੇ ਭਾਰਤ ਦੇ ਕੋਨੇ ਕੋਨੇ ਵਿੱਚੋਂ ਸੰਗਤਾਂ ਉਸ ਗੁਰੂ ਦੇ ਦਰਸ਼ਨਾਂ ਨੂੰ ਆਉਂਦੀਆਂ ਨੇ। ਤੇ ਉਹ ਗੁਰੂ ਬੜਾ ਬਲਵਾਨ ਏ, ਮੌਜ ਵਿੱਚ ਆਇਆ ਹੋਇਆ ਦਸਮ ਪਾਤਸ਼ਾਹ ਆ ਜੰਗਲ ਦੇ ਵਿੱਚ ਜਾ ਕੇ ਜੀਵਾਂ ਨੂੰ ਮੁਕਤੀਆਂ ਵੰਡ ਰਿਹਾ ਏ। ਤੁਹਾਨੂੰ ਉਹਦੇ ਤੋਂ ਕੋਈ ਖਤਰਾ ਨਹੀਂ, ਉਹਨੇ ਤੁਹਾਡੇ ਨਾਲ ਕੋਈ ਜੰਗ ਨਹੀਂ ਲੜਨਾ, ਤੁਹਾਡੀ ਰਿਆਸ ਉੱਤੇ ਕਬਜ਼ਾ ਨਹੀਂ ਕਰਨਾ, ਤੁਹਾਡੇ ਤੋਂ ਉਹਨੇ ਧਨ ਦੌਲਤ ਨਹੀਂ ਲੁੱਟਣਾ। ਰਾਜੇ ਭੀਮ ਚੰਦ ਨੇ ਨੌਜਵਾਨ ਵਜ਼ੀਰ ਦੇ ਮੁੱਖ ਵਿੱਚੋਂ ਜਦੋਂ ਕਲਗੀ ਧਰਦੀਆਂ ਸਿਫਤਾਂ ਸੁਣੀਆਂ, ਇੱਕਦਮ ਉਹਦੀ ਅਕਲ ਚਕਰਾ ਗਈ, ਦਿਮਾਗ ਸੋਚਾਂ ਦੇ ਸਾਗਰ ਵਿੱਚ ਘੁੰਮਣ ਲੱਗਾ। ਬਈ ਕਮਾਲ ਦੀ ਗੱਲ ਹੋ ਗਈ। ਕਹਿਣ ਲੱਗਾ ਵਜ਼ੀਰ ਸਾਹਿਬ, ਜੇ ਗੁਰੂ ਨੇ ਨਗਾਰਾ ਵਜਾਇਆ ਏ ਤੇ ਇਹਦਾ ਮਤਲਬ ਗੁਰੂ ਦੇ ਕੋਲ ਫੌਜ ਵੀ ਹੋਵੇਗੀ, ਯੋਧੇ ਵੀ ਹੋਣਗੇ, ਘੋੜੇ ਵੀ ਹੋਣਗੇ, ਸ਼ਸਤਰ ਵੀ ਹੋਣਗੇ,
ਕਹਿੰਦਾ ਜੀ ਬਿਲਕੁਲ ਮਾਵਾਂ ਨੇ ਪੁੱਤਰਾਂ ਨੂੰ ਗਾਨੇ ਬੰਨ ਬੰਨ ਕੇ ਕਲਗੀ ਧਰ ਦੀ ਫੌਜ ਵਿੱਚ ਭਰਤੀ ਕਰ ਦਿੱਤਾ ਹੈ। ਕਹਿੰਦਾ ਫਿਰ ਰਾਜਨੀਤੀ ਇਹ ਗੱਲ ਕਹਿੰਦੀ ਹੈ ਜੇ ਗੁਆਂਢੀ ਚੰਗਾ ਹੋਵੇ ਤੇ ਉਹਦੇ ਨਾਲ ਮਿੱਤਰਤਾ ਬਣਾ ਕੇ ਰੱਖਣੀ ਚਾਹੀਦੀ ਹੈ। ਜੇ ਗੁਰੂ ਬਲਵਾਨ, ਜੇ ਗੁਰੂ ਦੇ ਕੋਲ ਯੋਧਿਆਂ ਦੀ ਫੌਜ ਹੈ, ਜੇ ਗੁਰੂ ਕੋਲ ਤੀਰ ਤਲਵਾਰ ਨੇ, ਜੇ ਗੁਰੂ ਦੇ ਕੋਲ ਬੜਾ ਕੁਝ ਅਸਲਾ ਹੈ, ਘੋੜੇ ਰੱਖੇ ਨੇ, ਫੌਜਾਂ ਰੱਖੀਆਂ ਨੇ, ਤੇ ਫਿਰ ਗੁਰੂ ਨਾਲ ਮਿੱਤਰਤਾ ਪਾਉਣੀ ਚਾਹੀਦੀ ਕਿਉਂਕਿ ਗੁਰੂ ਨੇ ਤੇ ਕਿਸੇ ਉੱਤੇ ਹਮਲਾ ਨਹੀਂ ਕਰਨਾ। ਮੈਂ ਭਾਈ ਧਾਰਦਾ ਸਰਦਾਰ ਰਾਜਾ, ਜੇ ਕਿਤੇ ਕਿਸੇ ਰਾਜੇ ਨੇ ਤਿੰਨ ਪੰਜ ਕੀਤੀ ਗੁਆਂਢੀ ਨਾਲ ਮਿੱਤਰਤਾ ਹੋਵੇਗੀ, ਗੁਰੂ ਦੀਆਂ ਸਿੰਘਾਂ ਨੂੰ ਲੈ ਕੇ ਇਹਨਾਂ ਬਾਈ ਧਾਰਦਿਆਂ ਰਾਜਾਂ ਉੱਤੇ ਆਪਣਾ ਰੋਹ ਰੱਖਾਂਗਾ। ਗੁਆਂਢੀ ਬਲਵਾਨ ਹੋਵੇ ਤੇ ਰਾਜਨੀਤੀ ਕਹਿੰਦੀ ਹੈ ਉਹਦੇ ਨਾਲ ਮਿੱਤਰਤਾ ਪਾ ਕੇ ਰੱਖੋ। ਕਹਿਣ ਲੱਗਾ ਵਜ਼ੀਰ ਸਾਹਿਬ ਜੇ ਇਹ ਗੱਲ ਏ ਤੂੰ ਕਹਿੰਦਾ ਹੈ ਕਿ ਪੈਂਦੀ ਗੂੰਜ ਹੈ ਜਿਹਦੇ ਰਣਜੀਤ ਲਈ ਜੀ ਸਿਫਤ ਕਰੇ ਕੀ ਤਾਬਿਆਦਾਰ ਉਸਦੀ, ਉਹਤੇ ਬਲੀਆਂ ਦਾ ਬਲੀ ਤੇ ਪੀਰ ਪੀਰਾਂ ਸਿੱਧੀ ਰੱਬ ਤੇ ਪਵੇ ਨਿਹਾਰ ਉਸਦੀ, ਤੇ ਫਿਰ ਮੈਂ ਤੈਨੂੰ ਆਪਣਾ ਦੂਤ ਬਣਾ ਕੇ ਕਲਗੀ ਵਾਲੇ ਦੇ ਕੋਲ ਘੱਲਦਾ। ਜਾ ਅਨੰਦਪੁਰ ਦੀ ਧਰਤੀ, ਗੁਰੂ ਦੇ ਨਾਲ ਮੁਲਾਕਾਤ ਦਾ ਟਾਈਮ ਨਿਸ਼ਚਿਤ ਕਰਕੇ ਆ। ਕਹਿ ਉਸ ਨੌਜਵਾਨ ਗੁਰੂ ਨੂੰ ਕਿ ਰਿਆਸਤ ਕਹਿਲੂਰ ਦਾ ਰਾਜਾ ਭੀਮ ਚੰਦ ਬਾਈ ਧਾਰ ਦਾ ਸਰਦਾਰ ਰਾਜਾ ਮਹਾਰਾਜ ਤੁਹਾਡੇ ਨਾਲ ਮੁਲਾਕਾਤ ਕਰਨੀ ਚਾਹੁੰਦਾ। ਜਿਹੜਾ ਬੰਦਾ ਸਿਆਣਾ ਹੁੰਦਾ ਇਹਨਾਂ ਕਰਮਾਂ ਵਾਲੀ, ਉਹਦੀ ਸਿਆਣਪ ਜਿਹੜੀ ਹੈ ਉਹਦੇ ਚਿਹਰੇ ਉੱਤੋਂ ਝਲਕ ਪੈਂਦੀ ਹੈ, ਉਹਦਿਆਂ ਲਫ਼ਜ਼ਾਂ ਵਿੱਚੋਂ ਝਲਕ ਪੈਂਦੀ। ਭੀਮ ਚੰਦ ਨੇ ਆਪਣਾ ਤੀਰ ਚਲਾ ਦਿੱਤਾ ਹੈ ਪਰ ਸਾਹਮਣੇ ਗੁਰੂ ਨਾਨਕ ਦਾ ਘਰ ਹੈ ਕਰਮਾਂ ਵਾਲੇ, ਉਹ ਜਿਹੜਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੰਦਾ ਹੈ। ਗੱਜ ਕੇ ਆਖੋ ਸਤਨਾਮ। ਆ ਜਿਹੜਾ ਹੰਸ ਹੁੰਦਾ ਇਹਦਾ ਹੰਸ, ਹੰਸ ਦੇ ਸਾਹਮਣੇ ਇੱਕ ਕਿਲੋ ਪਾਣੀ ਤੇ ਇੱਕ ਕਿਲੋ ਦੁੱਧ ਮਿਲਾ ਕੇ ਘੋਲ ਕੇ ਰੱਖ ਦਿਓ ਬਰਤਨ ਵਿੱਚ ਪਾ ਕੇ। ਇਹ ਕੁਦਰਤ ਨੇ ਹੰਸ ਨੂੰ ਕਰਮਾਂ ਵਾਲਿਓ ਇਹ ਤਸੀਰ ਬਖਸ਼ੀਏ, ਇਹ ਤਾਕਤ ਬਖਸ਼ੀਏ, ਉਹ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੰਦਾ ਹੈ। ਉਹਦੇ ਵਿੱਚ ਚੁੰਝ ਪਾਵੇਗਾ, ਦੁੱਧ ਦੁੱਧ ਜਿਹੜਾ ਰਲਿਆ ਉਹ ਭਾਵੇਂ ਪਾਣੀ 'ਚ ਰਲਿਆ ਹੋਇਆ ਹੈ, ਉਹ ਦੁੱਧ ਦੁੱਧ ਪੀ ਲਵੇਗਾ, ਪਾਣੀ ਉਦਾਂ ਹੀ ਰਹਿਣ ਦੇਵੇਗਾ। ਗੱਜ ਕੇ ਆਖੋ ਸਤਨਾਮ। ਵਾਹਿਗੁਰੂ ਨੇ ਦੇਖੋ ਕਿੱਡੀ ਕਿਰਪਾ, ਜਿਹੜਾ ਹੰਸਾਂ ਨੂੰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਉਤਾਰਨ ਦੀ ਤਾਕਤ ਦੇ ਸਕਦਾ ਹੈ, ਜੇ ਉਹਦੇ ਆਪ ਦੇ ਵਿੱਚ ਕਿੰਨੀ ਤਾਕਤ ਹੋਵੇ। ਉਹ ਵਜ਼ੀਰ ਬੜਾ ਸਿਆਣਾ ਸੀ, ਕਹਿੰਦਾ ਚਲੋ ਇਸ ਬਹਾਨੇ ਮੇਰੀ ਮਾਂ ਕਹਿੰਦੀ ਹੈ ਗੁਰੂ ਦੇ ਦਰਸ਼ਨਾਂ ਵਿੱਚ ਬੜਾ ਆਨੰਦ ਹੈ, ਅੱਜ ਦੂਜੀ ਵਾਰ ਕਲਗੀ ਵਾਲੇ ਦੇ ਦਰਸ਼ਨ ਹੋ ਜਾਣ। ਚੜਿਆ ਘੋੜੇ ਦੇ ਉੱਤੇ ਨਾਲ ਕੋਈ ਸਿਪਾਹੀ ਲੈ ਆ ਗਿਆ ਰਿਆਸਤ ਕਹਿਦੂਰ ਤੋਂ ਸਿੱਧਾ ਅਨੰਦਪੁਰ ਸਾਹਿਬ। ਮਹਾਰਾਜ ਦਾ ਦਰਬਾਰ ਲੱਗਾ ਸੀ, ਆਣ ਕੇ ਚਰਨਾਂ ਦੇ ਉੱਤੇ ਟੇਕਿਆ ਮੱਥਾ। ਜਾਣੀ ਜਾਣ ਸਤਿਗੁਰੂ ਕਹਿੰਦੇ ਆ ਨੌਜਵਾਨ, ਆ ਵਜ਼ੀਰ, ਆ ਰੱਬ ਦੇ ਪਿਆਰਿਆ, ਗੁਰੂ ਨਾਨਕ ਦੇ ਘਰ ਵਿੱਚ ਤੇਰਾ ਸਤਿਕਾਰ ਹੈ। ਹੱਥ ਜੋੜ ਕੇ ਕਹਿੰਦਾ ਮਹਾਰਾਜ ਅੱਗੇ ਆਪਣੀ ਮਾਂ ਨਾਲ ਤੁਹਾਡੇ ਦਰਸ਼ਨਾਂ ਨੂੰ ਆਇਆ ਸੀ, ਅੱਜ ਮੈਂ ਆਪਣੇ ਰਾਜੇ ਭੀਮ ਚੰਦ ਦਾ ਘੱਲਿਆ ਆਇਆ ਹਾਂ। ਰਾਜਾ ਭੀਮ ਚੰਦ ਤੁਹਾਡੇ ਦਰਸ਼ਨ ਕਰਨੇ ਚਾਹੁੰਦਾ, ਤੁਹਾਡੇ ਨਾਲ ਮੁਲਾਕਾਤ ਕਰਨੀ ਚਾਹੁੰਦਾ। ਉਹਨੇ ਟਾਈਮ ਮੰਗਿਆ ਤੇ ਕਲਗੀ ਵਾਲੇ ਨੇ ਪਤਾ ਮੋਰੀ ਉੱਤਰ ਕੇ ਦਿੱਤਾ। ਇਹ ਭੀਮ ਚੰਦ ਦੀ ਇੱਕ ਚਾਲ ਸੀ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਵਜ਼ੀਰ ਸਾਹਿਬ ਗੁਰੂ ਨਾਨਕ ਦੇ ਘਰ ਦੀ ਕੁੰਡੀ ਕਦੇ ਕਿਸੇ ਸਵਾਮੀ ਨੂੰ ਖੜਕਾਉਣੀ ਨਹੀਂ ਪੈਂਦੀ। ਗੁਰੂ ਨਾਨਕ ਦੇ ਘਰ ਦੇ ਚਾਰ ਦਰਵਾਜ਼ੇ ਨੇ ਸਵਾਲੀਆਂ ਵਾਸਤੇ, ਦਰਸ਼ਨ ਕਰਨ ਆਉਣ ਵਾਲਿਆਂ ਵਾਸਤੇ 24 ਘੰਟੇ ਅੱਠੇ ਪੈਰ ਖੁੱਲੇ ਰਹਿੰਦੇ। ਦੁਨੀਆਂ ਦੇ ਕੋਨੇ ਕੋਨੇ ਤੋਂ ਸੰਗਤਾਂ ਆਉਂਦੀਆਂ ਗੁਰੂ ਨਾਨਕ ਦੇ ਦਰਸ਼ਨ ਕਰਨ ਵਾਸਤੇ। ਤੇ ਜੇ ਰਾਜਾ ਭੀਮ ਚੰਦ ਦਰਸ਼ਨ ਕਰਨੇ ਚਾਹੁੰਦਾ, ਜਦੋਂ ਜੀ ਜਾਵੇ ਆ ਜਾਵੇ, ਉਹਨੇ ਤੁਹਾਨੂੰ ਕਿਉਂ ਘੱਲਿਆ ਏ? ਉਹਦੇ ਵਾਸਤੇ ਵੀ ਗੁਰੂ ਨਾਨਕ ਦੇ ਘਰ ਦੇ ਦਰਵਾਜ਼ੇ ਖੁੱਲੇ ਨੇ। ਪ੍ਰਸ਼ਾਦ ਲਿਆ, ਮਹਾਰਾਜ ਦੀਆਂ ਪਰਿਕਰਮਾ ਕੀਤੀਆਂ, ਮੱਥਾ ਟੇਕਿਆ, ਗੁਰੂ ਮਹਾਰਾਜ ਨੇ ਸਰੂਪਾ ਦੇ ਕੇ ਵਜ਼ੀਰ ਨੂੰ ਵਿਦਿਆ ਕੀਤਾ। ਵਜ਼ੀਰ ਆ ਗਿਆ ਭੀਮ ਚੰਦ ਦੇ ਕੋਲ। ਹੁਣ ਬੰਦੇ ਦਾ ਹੰਕਾਰ ਵੇਖਿਓ ਤੇ ਹੰਕਾਰ ਟੁੱਟਦਾ ਵੀ ਵੇਖਿਓ। ਅੱਜ ਭੀਮ ਚੰਦ ਨੂੰ ਹੰਕਾਰ ਚੜ੍ਹਨਾ ਵੀ ਹੈ ਤੇ ਭਾਈ ਸਾਹਿਬ ਵੀਰ ਅਰਨਜੀਤ ਸਿੰਘ ਜੀ ਹੋਣਾ ਨੇ ਜਿਹੜਾ ਰਸਾਲੂ ਦੀ ਡਿਮਾਂਡ ਕੀਤੀ ਹੈ, ਹੁਕਮ ਕੀਤਾ, ਫਰਮਾਇਸ਼ ਕੀਤੀ, ਉਹਦੇ 'ਚ ਆਪਾਂ ਭੀਮ ਚੰਦ ਦਾ ਹੰਕਾਰ ਤੋੜਨਾ ਵੀ। ਮੈਂ ਸਹਾਇਤਾ ਨਾਲ ਗੱਲ ਕਰ ਰਿਹਾ ਕਿ ਗੁਰੂ ਚਰਨਾਂ ਵਿੱਚ ਆਈਏ ਤੇ ਕਰਮਾਂ ਵਾਲੀ ਉਹ ਕਿੱਦਾਂ ਆਈਏ। ਇੱਥੇ ਨਮਾਣੇ ਨੂੰ ਮਾਣ ਮਿਲਦਾ ਹੈ, ਨਿਤਾਣੇ ਨੂੰ ਤਾਣ ਮਿਲਦਾ ਹੈ, ਨਿਓਟੇ ਨੂੰ ਓਟ ਮਿਲਦੀ ਹੈ, ਨਗੱਤੇ ਨੂੰ ਗੱਤ ਮਿਲਦੀ ਹੈ, ਨਪੱਤੇ ਨੂੰ ਪੱਤ ਮਿਲਦੀ ਹੈ, ਨਧੇਰੇ ਨੂੰ ਧਿਰ ਮਿਲਦੀ ਹੈ, ਨੇ ਆਸਰੇ ਨੂੰ ਆਸਰਾ। ਪਰ ਜੇ ਕੋਈ ਹੰਕਾਰੀ ਹੈ, ਮੇਰੇ ਬਾਬੇ ਦੀ ਬਾਣੀ ਕਹਿੰਦੀ ਹੈ ਹਰ ਜੂ ਹੰਕਾਰ ਨਾ ਭਾਵਈ ਵੇਦ ਕੂਕ ਸੁਣਾ ਦੇ। ਹਰੀ ਨੂੰ ਹੰਕਾਰ ਨਹੀਂ ਪਾਉਂਦਾ,
ਰਾਜੇ ਭੀਮ ਚੰਦ ਦੀ ਉਮਰ ਉਸ ਵੇਲੇ ਕਰਮਾਂ ਵਾਲੇ ਉਹ 52 ਸਾਲ ਦੀ ਸੀ, 52 ਸਾਲ ਦੀ। ਇਹ ਮੈਂ ਪੜ੍ਹਿਆ ਤੇ ਬੜਾ ਤਜਰਬੇਕਾਰ ਸੀ, ਹੰਕਾਰੀ ਵਿਰਤੀ ਦਾ ਸੀ, ਬੜਾ ਤਕੜਾ ਸੀ, ਸ਼ਕਤੀਸ਼ਾਲੀ ਸੀ, ਫੌਜਾਂ ਸੀ, 22 ਧਾਰ ਦੇ ਪਹਾੜੀ ਰਾਜੇ ਤੋਂ ਡਰਦੇ ਸੀ। ਇਹ ਸਾਰਿਆਂ ਦਾ ਕਮਾਂਡਰ ਸੀ, ਲੀਡਰ ਸੀ, ਆਗੂ ਸੀ। ਜਦੋਂ ਵਜ਼ੀਰ ਨੇ ਜਾ ਕੇ ਦੱਸਿਆ ਵੀ ਮਹਾਰਾਜ ਤੇ ਆਹ ਗੱਲ ਕਹਿੰਦੇ ਕਿ ਗੁਰੂ ਨਾਨਕ ਦੇ ਘਰ ਦੇ ਦਰਵਾਜ਼ੇ ਸਦਾ ਹੀ ਖੁੱਲੇ ਨੇ, ਬਜਾਏ ਇਸ ਦੇ ਕਿ ਮਹਾਰਾਜ ਦਾ ਸ਼ੁਕਰਾਨਾ ਕਰਦਾ ਕਿ ਦਾਦੇ ਨੇ ਮੈਨੂੰ ਜਦੋਂ ਜੀ ਜਾਵੇ ਆਉਣ ਦੀ ਆਗਿਆ ਦੇ ਦਿੱਤੀ। ਭੀਮ ਚੰਦਾ ਅੰਦਰਲਾ ਹੰਕਾਰ ਬੋਲਿਆ, ਕਹਿੰਦਾ ਬੱਲੇ ਹੋਏ ਭੀਮ ਚੰਦਾ, ਜਿਹੜਾ ਕਲਗੀਆਂ ਵਾਲੇ ਗੁਰੂ ਨੇ ਤੈਨੂੰ ਜਦੋਂ ਜੀ ਚਾਹੇ ਆਉਣ ਦੀ ਆਗਿਆ ਦਿੱਤੀ, ਇਹਦਾ ਮਤਲਬ ਕਲਗੀਆਂ ਵਾਲਾ ਗੁਰੂ ਤੈਨੂੰ ਜਾਣਦਾ ਹੈ, ਤੇਰੀ ਤਾਕਤ ਨੂੰ ਪਹਿਚਾਣਦਾ ਹੈ, ਤਿਆਰੀ ਕੀਤੀ ਜਾਵੇ। ਉਸੇ ਵੇਲੇ ਰੱਥ ਬੱਗੀਆਂ, ਊਠ, ਹਾਥੀ, ਘੋੜੇ, ਨੌ ਲਸ਼ਕਰ, ਫੌਜਾਂ ਤਿਆਰ ਕੀਤੀਆਂ ਗਈਆਂ, ਐਨ ਬੰਨ ਕੇ ਤੁਰਲੇ ਵਾਲੀ ਪੱਗ ਪਾ ਕੇ, ਅੱਖਾਂ ਵਿੱਚ ਸ਼ਰਮਾ ਤੇ ਪਹਿਨ ਕੇ ਅੱਕੇ ਨੂੰ ਹੋਇਆ ਨਾ ਆਦਮ ਕੱਢ ਬੋਲਿਆ, ਸਾਲ ਦਾ ਹੰਕਾਰੀ ਰਾਜਾ ਸ਼ੀਸ਼ੇ ਦੇ ਸਾਹਮਣੇ ਬਸ਼ਾਨਤਾ ਪਾ ਤੇ ਅੰਦਰੋਂ ਇਹ ਹੰਕਾਰ ਨੇ ਆਵਾਜ਼ ਮਾਰੀ, ਕਹਿੰਦਾ ਭੀਮ ਚੰਦਾ ਤੇਰੇ ਇਸ ਰੋਹ ਨੂੰ ਇੱਕ ਵਾਰ ਦਿੱਲੀ ਦਾ ਬਾਦਸ਼ਾਹ ਔਰੰਗਜ਼ੇਬ ਦੇਖੇ ਤੇ ਉਹ ਵੀ ਨੀਵੀ ਪਾ ਜਾਵੇ, ਤੇ ਆ 16-17 ਸਾਲ ਦਾ ਗੁਰੂ ਕੀ ਤਾਕਤ, ਹੁਣ ਚੱਲਿਆ ਅਨੰਦਪੁਰ ਦੀ ਧਰਤੀ ਕਲਗੀਆਂ ਵਾਲੇ ਗੁਰੂ ਦੇ ਦਰਸ਼ਨ ਕਰਨਾ, ਤੇ ਵੇਖੀ ਕਿਤੇ ਉਹਦੇ ਕਾਫਰ ਸਿੱਖਾਂ ਵਾਂਗ ਗੁਰੂ ਦੇ ਚਰਨਾਂ ਉੱਤੇ ਨਾ ਡਿੱਗ ਪਈ। ਹੰਕਾਰ ਨੇ ਆਵਾਜ਼ ਦਿੱਤੀ ਅੰਦਰੋਂ, ਹੰਕਾਰ ਨੇ ਆਹ ਜ਼ਿੰਦਗੀ ਵਿੱਚ ਦਾਤੇ ਤੋਂ ਇਹ ਰਹਿਮਤ ਮੰਗੋ, ਕਦੇ ਵੀ ਹੰਕਾਰ ਨਾ ਆਵੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਕੱਲ ਨੂੰ ਮੈਂ ਅਰਦਾਸ ਉੱਤੇ ਵੀ ਬੋਲਾਂਗਾ ਤੇ ਹੰਕਾਰ ਉੱਤੇ ਵੀ ਬੋਲਾਂਗਾ, ਧਿਆਨ ਦੇਣ ਦਾ ਯਤਨ ਕਰਿਓ। ਜੀਵ ਆਇਆਂ ਨੂੰ ਵੀ ਹਰਦੀਪ ਸਿੰਘ ਜੀ ਆਏ ਨੇ, ਵਾਹਿਗੁਰੂ ਸਾਰਿਆਂ ਨੂੰ ਚੜ੍ਹ ਚੜ੍ਹਾ ਬਖਸ਼ਿਸ਼ ਕਰੇ। ਬਰਾੜ ਸਾਹਿਬ ਬੈਠੇ ਨੇ ਕਿ ਜਿਹਨਾਂ ਨੂੰ ਖਿੱਚੇ ਨਾ ਕਰਮਾਂ ਵਾਲੇ ਹੋਏ। ਅਸੀਂ ਇੱਕ ਦਿਨ ਗਏ ਸੀ, ਸਤਿਗੁਰੂ ਪਾਤਸ਼ਾਹ ਜੀ ਰਹਿਮਤ ਹੋਈ ਤੇਗ ਬਹਾਦਰ ਗੁਰੂ ਘਰ ਕੀਰਤਨ ਕਰਨ ਵਾਸਤੇ, ਉਹਨਾਂ ਨੇ ਪਹਿਲਾ ਟਾਈਮ ਲੈ ਲਿਆ। ਇਹ ਵੀ ਤੁਹਾਡੀਆਂ ਅਸੀਸਾਂ ਨੇ, ਤੁਹਾਡਾ ਪਿਆਰ ਕਰਮਾਂ ਵਾਲਿਓ। ਥੋੜੇ ਜਿਹਾ ਪ੍ਰਾਣੀ ਸੀ ਤੇ ਆਹ ਜਿਹੜਾ ਐਤਵਾਰ ਲੰਘਿਆ ਇਹ ਉਦਣ, ਫਿਰ ਉਹਨਾਂ ਨੇ ਕਰਮਾਂ ਵਾਲਿਓ ਬੇਨਤੀ ਕਰਤੀ, ਵੀਰਾਂ ਨੇ ਜਥੇ ਨੂੰ ਘੱਲੋ, ਸਾਡੇ ਜਾਣ ਤੋਂ ਪਹਿਲਾਂ ਹੀ ਹਾਲ ਭਰਿਆ ਹੋਇਆ ਸੀ। ਇਹ ਵੀ ਇੱਕ ਰੱਬ ਦੀ ਕਿਰਪਾ ਹੈ, ਆਖੋ ਸਤਨਾਮ। ਲਓ ਜੀ ਹੁਣ ਭੀਮ ਚੰਦ ਕਹਿੰਦਾ ਇਹ ਵੇਖੀ ਕਿਤੇ ਕਾਹਰ ਸਿੱਖਾਂ ਵਾਂਗੂ ਤੂੰ ਗੁਰੂ ਦੇ ਚਰਨਾਂ ਉੱਤੇ ਨਾ ਢਹਿ ਪਈ। ਗੁਰੂ 16-17 ਸਾਲ ਦਾ ਤੇ ਤੂੰ 52 ਸਾਲ ਦਾ, ਜੇ ਬੁਢਾਪਾ ਜਵਾਨੀ ਦੇ ਚਰਨਾਂ ਉੱਤੇ ਮੱਥਾ ਟੇਕੇ ਤੇ ਬੁਢਾਪੇ ਨੂੰ ਲਾਜ ਲੱਗ ਜਾਂਦੀ। ਲਓ ਜੀ ਹੰਕਾਰ ਦੇ ਘੋੜੇ ਚੜਿਆ ਭੀਮ ਚੰਦ ਰਿਆਸਤ ਕਹਿਲੂਰ ਤੋਂ ਤੁਰਿਆ ਆ ਗਿਆ ਸ੍ਰੀ ਅਨੰਦਪੁਰ ਸਾਹਿਬ। ਮੇਰੇ ਕਲਗੀ ਧਰ ਦਾ ਲੱਗਾ ਦਰਬਾਰ, ਸ਼ਹਿਨਸ਼ਾਹ ਸੋਹਣਿਆਂ ਦੇ ਸੁਲਤਾਨ ਸਤਿਗੁਰੂ ਵਾਹਵਾ, ਮੋਢੇ ਤੀਰਾਂ ਦਾ ਪੱਥਾ ਤੇ ਹੱਥ ਵਿੱਚ ਕਮਾਨ, ਘੁੱਟ ਕੇ ਬੰਦਾ ਹੋਇਆ ਕਮਰ ਕੱਸਾ ਤੇ ਕਾਤਰੇ ਨਟਕ ਦੀ ਕਿਰਪਾਨ। ਤਲਵਾਰ ਵਿੱਚ ਤੇ ਕਿਰਪਾਨ ਵਿੱਚ ਇੱਕ ਬੜਾ ਅੰਤਰ ਹੁੰਦਾ ਹੈ, ਜੇ ਮੈਨੂੰ ਚੇਤਾ ਰਹਿ ਗਿਆ ਕੱਲ ਨੂੰ ਦੱਸਾਂਗਾ, ਨਹੀਂ ਤੇ ਚੇਤਾ ਕਰਾ ਦਿਓ। ਸਤਿਗੁਰੂ ਕਿਰਪਾ ਕਰੇ, ਤਲਵਾਰ ਕੀ ਹੁੰਦੀ ਹੈ, ਕਿਰਪਾਨ ਕੀ ਹੁੰਦੀ ਹੈ। ਸਿੱਖ ਨੇ ਜਦੋਂ ਬੋਲਣਾ ਹੈ ਕਰਮਾਂ ਵਾਲਿਓ ਉਦੋਂ ਕਿਰਪਾਨ ਕਹਿਣਾ ਹੈ, ਕਿਉਂਕਿ ਕਿਰਪਾਨ ਕਿਰਪਾ ਦਾ ਅਰਥ ਹੈ, ਤੇ ਤਲਵਾਰ ਉਹਦੇ ਜਾਲਬ ਦੇ ਹੱਥ ਵਿੱਚ ਹੁੰਦੀ ਹੈ। ਜਲਾਲੂਦੀਨ ਦੇ ਹੱਥ ਵਿੱਚ ਤਲਵਾਰ ਸੀ, 9ਵੇਂ ਗੁਰਾਂ ਤੇ ਚਲਾਈ। ਧਿਆਨ ਦੇਣ ਦਾ ਯਤਨ ਕਰਿਓ, ਗੱਲ ਕਰ ਰਿਹਾ ਸਾਂ। ਹੁਣ ਭੀਮ ਚੰਦ ਤੁਰਿਆ ਆਉਂਦਾ ਹੈ ਲਾਲ ਲਸ਼ਕਰ ਨਾਲ, ਇਹ ਹੰਕਾਰ ਉਹਨੂੰ ਕੰਨ ਮਰੋੜ ਕੇ ਕਹਿੰਦਾ ਭੀਮ ਚੰਦਾ ਗੱਲ ਚੇਤੇ ਆ ਨਾ, ਕੁੰਡੀਆਂ ਮੱਛਾਂ ਤੁਰਲੇ ਵਾਲੀ ਪੱਗ ਤੇ ਕਾਫਰ ਗੁਰੂ ਦੇ ਚਰਨਾਂ ਤੇ ਮੱਥਾ ਟੇਕੇਗਾ। ਮਨ ਨਾਲ ਪੱਕੀਆਂ ਪਕਾਉਂਦਾ ਆ ਗਿਆ ਗੁਰੂ ਮਹਾਰਾਜ ਦੇ ਦਰਵਾਜ਼ੇ ਦੇ ਉੱਤੇ, ਤੇ ਜਦੋਂ ਲਾਇਆ ਜੋੜਾ ਤੇ ਹੰਕਾਰ ਨੂੰ ਕਰਮਾਂ ਵਾਲਿਓ ਜੋੜਿਆਂ ਤੱਕ ਆਉਣ ਦੀ ਆਗਿਆ ਹੈ ਗੁਰੂ ਨਾਨਕ ਦੇ ਘਰ ਵਿੱਚ, ਇਹ ਗੱਲ ਪੱਲੇ ਬੰਨ ਲਓ। ਕਈ ਵਾਰੀ ਕਈ ਬੰਦੇ ਮੀਟਿੰਗਾਂ ਕਰਕੇ ਆਉਂਦੇ ਆ ਨਾ, ਆ ਕਮੇਟੀਆਂ ਦੇ ਝਮੇਲੇ ਅਸੀਂ ਦੇਖੇ ਪੂਰੀ ਦੁਨੀਆਂ ਦੇ ਅੰਦਰ ਵੀ, ਅੱਜ ਆਹ ਗੱਲ ਕਹਿਣੀ, ਤੇ ਜਦੋਂ ਜੋੜਿਆਂ ਤੋਂ ਗਾਹ ਆਉਂਦੇ ਨੇ ਨਾ ਨਾਲ ਦੇ, ਕਹਿੰਦੇ ਉਹ ਕੀ ਕਹਿ ਕੇ ਆਇਆ ਜੋ ਉੱਥੇ ਬੋਲਿਆ ਹੀ ਨਹੀਂ। ਉਹ ਕਹਿੰਦਾ ਯਾਰ ਜੋੜਿਆਂ ਤੱਕ ਤੇ ਚੇਤੇ ਸੀ, ਗੋੜਿਆਂ ਤੋਂ ਗਾਂਹ ਜਾ ਕੇ ਮੈਨੂੰ ਚੇਤਾ ਹੀ ਭੁੱਲ ਗਿਆ, ਗੱਜ ਕੇ ਆਖੋ ਸਤਨਾ। ਉਹ ਹੰਕਾਰ ਜਿਹੜਾ ਹੈ ਨਾ ਉਹ ਪਿੱਛੇ ਖੜ ਜਾਂਦਾ, ਭੀਮ ਚੰਦ ਦਾ ਹੰਕਾਰ ਰਹਿ ਗਿਆ ਪਿੱਛੇ, ਤੇ ਹੁਣ ਕੱਲਾ ਹੀ ਭੀਮ ਚੰਦ ਹੰਕਾਰ ਉਹਨੀ ਤੇ ਪਰਾਂ ਜੋੜਿਆਂ ਵਿੱਚ ਹੀ ਰਹਿ ਗਿਆ। ਜਦੋਂ ਦਰਵਾਜ਼ੇ ਤੇ ਆਇਆ ਨਾ, ਦੇਖੀ ਬਈ ਕਲਗੀ ਧਰ ਪਾਤਸ਼ਾਹ ਦੇ ਦਰਬਾਰ ਦੀ ਸ਼ਾਨ, ਜਿਹੜਾ ਕਹਿੰਦਾ ਸੀ ਗੁਰੂ ਨੂੰ ਮੱਥਾ ਨਹੀਂ ਟੇਕਣਾ, ਉਹ ਡੰਡੇ ਵਾਂਗੂ ਡੰਡਾਉਤ ਬੰਦਨਾ ਕਲਗੀ ਧਰ ਦੇ ਚਰਨਾਂ ਦੇ ਉੱਤੇ ਹੇ ਆਇਓ ਡਿਗਾ ਕੇ ਬਈ।
ਡੰਡੇ ਵਾਂਗੂ ਡੰਡਾਉਤ ਬੰਦਨਾ ਸੁੱਧ ਬੁੱਧ ਭੁੱਲ ਗਈ ਅਕਲ ਚਕਰਾ ਗਈ ਆਹੋ ਵੇਖੀ ਦਰਬਾਰ ਦੀ ਸ਼ਾਨ ਜਦੋਂ ਭੀਮ ਚੰਦ ਨੇ ਸੱਜੇ ਬੰਨੇ ਨਜ਼ਰ ਮਾਰੀ ਨਾ ਗੋਲ ਦਸਤਾਰੇ ਖੁੱਲੇ ਚੋਲੇ ਹੱਥਾਂ ਵਿੱਚ ਸਿਮਰਨੇ ਕੀ ਪੜਿਆ ਦਾਰੇ ਆਏ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਅਡੋਲਨਾ ਕਬਹੋਂ ਡੋਲੇ ਸਾਧੂ ਬੈਠੇ ਸੰਤ ਖੱਬੇ ਮਲੇ ਨਜ਼ਰ ਮਾਰੀ ਨੌਜਵਾਨਾਂ ਕੁੰਡੀਆਂ ਮੁਛਾਂ ਨੈਣਾਂ ਵਿੱਚ ਨਾਮ ਦੀ ਖਮਾਰੀ ਚਿਹਰੇ ਉੱਤੇ ਅਲਾਹੀ ਨੂਰ ਮੋਢੇ ਤੀਰਾਂ ਦੇ ਪੱਥੇ ਹੱਥ ਕਮਾਨਾ ਗਜ ਗਜ ਚੌੜੀਆਂ ਛਾਤੀਆਂ ਵਾਲੇ ਬਹਾਦਰ ਯੋਧੇ ਬੈਠੇ ਸੂਰਬੀਰ ਸੰਤ ਸਿਪਾਹੀ ਅਕਲ ਚਕਰਾ ਗਈ ਹੰਕਾਰ ਬਾਹਰ ਖੜਾ ਭੀਮ ਚੰਦ ਡੰਡੇ ਵਾਂਗੂ ਗੁਰੂ ਪਿਤਾ ਦੇ ਚਰਨਾਂ ਉੱਤੇ ਡਿੱਗਾ ਜਦੋਂ ਚਰਨਾਂ ਤੇ ਡਿੱਗਾ ਨਾ ਮਹਾਰਾਜ ਨੇ ਪੱਥੇ ਵਿੱਚੋਂ ਤੀਰ ਕੱਢਿਆ ਮੋਢੇ ਤੋਂ ਪਿੱਛੋਂ ਚਰਨਾਂ ਦੇ ਉੱਤੇ ਡਿੱਗੇ ਹੋਏ ਭੀਮ ਚੰਦ ਦੇ ਕੰਨ ਉੱਤੇ ਤੀਰ ਦੀ ਮੁਖੀ ਲਾ ਕੇ ਕਹਿਣ ਲੱਗੇ ਰਾਜਾ ਜੀ ਉੱਠੋ ਤਿੰਨ ਗੱਲਾਂ ਮਹਾਰਾਜ ਨੇ ਕਹੀਆਂ ਉਹ ਤਿੰਨ ਗੱਲਾਂ ਕਿੱਦਾਂ ਕਿੱਦਾਂ ਕਹੀਆਂ ਉਹਨਾਂ ਦੇ ਵਿੱਚ ਕਿੱਡਾ ਵੱਡਾ ਗਿਆਨ ਸੀ ਉਹ ਸਾਰੇ ਬਚਨ ਤੁਹਾਡੇ ਨਾਲ ਕੱਲ੍ਹ ਦੇ ਜਵਾਨ ਵਿੱਚ ਸਾਂਝੇ ਕਰਾਂਗੇ।